ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਤਾਂ ਦੋਸਤੋ, ਤੁਸੀਂ ਦੇਖ ਸਕਦੇ ਹੋ ਪਬਲਿਕ ਨੋਟਿਸ ਜਾਰੀ ਹੋਇਆ ਹੈ, ਮਿਤੀ 25/10। ਤਾਂ ਦੋਸਤੋ, ਤੁਸੀਂ ਦੇਖ ਸਕਦੇ ਹੋ ਅੱਜ 26 ਹੈ, ਮਤਲਬ ਕਿ ਇਹ ਕੱਲ੍ਹ ਦਾ ਨੋਟਿਸ ਜਾਰੀ ਹੋਇਆ ਆਪਣੇ ਤੱਕ ਅੱਜ ਪਹੁੰਚਿਆ ਹੈ। ਪਬਲਿਕ ਨੋਟਿਸ ਦੇ ਵਿੱਚ ਕੀ ਲਿਖਿਆ, ਭਾਰਤ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ 14/9/2021 ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ 1893 ਅਸਾਮੀਆਂ ਨੂੰ ਭਰਨ ਸੰਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਦਾ ਲਿਖਤੀ ਪੇਪਰ ਹੈ ਜਿਹੜਾ 21/11/2021 ਦਿਨ ਐਤਵਾਰ ਸਮਾਂ 11 to 1 PM ਤੱਕ ਦਾ ਹੋਵੇਗਾ। ਸਿਲੇਬਸ ਪਹਿਲਾਂ ਹੀ ਵੈਬਸਾਈਟ 'ਤੇ ਅਪਲੋਡ ਕੀਤਾ ਹੋਇਆ। ਟੈਸਟ ਸਥਾਨ ਰੋਲ ਨੰਬਰ ਸਲਿੱਪ ਜਾਰੀ ਕਰਨ 'ਤੇ ਦਰਸਾਇਆ ਜਾਏਗਾ। ਟੈਸਟ ਜਿਹੜਾ ਮਤਲਬ ਕਿ ਟੈਸਟ ਦਾ ਸਥਾਨ ਹੈ, ਜਗ੍ਹਾ ਹੈ, ਉਹ ਰੋਲ ਨੰਬਰ ਉੱਤੇ ਦਿੱਤੀ ਹੋਏਗੀ। ਸੋ ਆਪਾਂ ਨੂੰ ਨੈਕਸਟ ਅਪਡੇਟ ਦੇ ਲਈ ਵੇਟ ਕਰਨੀ ਪਵੇਗੀ ਕਿ ਕਦੋਂ ਇਹ ਰੋਲ ਨੰਬਰ ਜਾਰੀ ਕਰਦੇ ਨੇ, ਅਤੇ ਉਹਦੇ 'ਤੇ ਆਪਾਂ ਦੇਖਾਂਗੇ ਕਿ ਆਪਣਾ ਪੇਪਰ ਕਿੱਥੇ ਹੈ। ਸੋ ਉਦੋਂ ਤੱਕ ਤੁਸੀਂ ਕਰੋ ਆਪਣਾ ਸਟਰਗਲ ਜਾਰੀ, ਆਪਣੀ ਸਟੱਡੀ ਰੱਖੋ ਜਾਰੀ, ਤਾਂ ਕਿ ਆਪਾਂ ਨੂੰ ਕਾਮਯਾਬੀ ਮਿਲ ਸਕੇ। ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ, ਅਤੇ ਹੋਰ ਤਰ੍ਹਾਂ ਦੀਆਂ ਵੀ ਅਪਡੇਟਸ ਕਿਸੇ ਵੀ ਤਰ੍ਹਾਂ ਦੀਆਂ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ। ਧੰਨਵਾਦ ਦੋਸਤੋ।